जसवंत सिंह कंवल द्वारा लिखिया नावल सच नूं फांसी भाग एक। सिंध एक्सप्रैस रायवंडी आके रुकी। सारी गड्डी च बड़ी भीड़ सी। बाहरलियां सवारियां अंदरलियां नाल चढ़न लई वकीलां वांग तकरार कर रहियां सन। इसे तरह एक युवती अपना सूटकेस चुकी इंटर दे डब्बे च वड़ना चाहुंदी सी, पर दरवाजे च एक फौजी कलर्क अड़िया खलोता सी। ओह फौजी रोब च आख रहा सी, तुसीं जनाने डब्बे च क्यों नहीं जांदे, इत्थे कोई थां नहीं। मेरा भी तुहाडे जिन्ना ही हक है, तुसीं दरवाजा क्यों नहीं खोलदे। कुड़ी दे चेहरे ते गुस्सा साफ दिस रहा सी। दरवाजा नहीं खुलेगा, गौरमेंट दे मुलाजम होण दी हैसियत विच फौजी ने आकड़दियां कहा। गड्डी ने सीटी दे दित्ती। नौजवान कुड़ी दृढ़ इरादे नाल डंडे नूं हथ पा के फट्टे ते चढ़ गई। डब्बे विच्चों एक सिख गभरू हौले जिहे उठिया ते उसने बूहा खोल दिता। फौजी उस वल वेंदा ही रह गया। ਉਹ ਆਪਣੀ ਇਸ ਹੱਤਕ ਨੂੰ ਚੁੱਪ ਚਾਪ ਸਹਾਰ ਗਿਆ। ਹੋਰ ਕਰਦਾ ਵੀ ਕੀ, ਗੱਡੀ ਤੁਰ ਪਈ। ਕੁੜੀ ਨੇ ਚੜ੍ਹਦਿਆਂ ਸਾਰ ਹੀ ਨੌਜਵਾਨ ਦਾ ਧੰਨਵਾਦ ਕੀਤਾ। ਥਾਂ ਅੱਗੇ ਹੀ ਕੋਈ ਨਹੀਂ ਸੀ ਸਿਵਾਏ ਇਸ ਦੇ ਕਿ ਉਹ ਖਲੋਤੀ ਰਹਿੰਦੀ। ਤੁਸੀਂ ਮੇਰੀ ਸੀਟ 'ਤੇ ਬਹਿ ਜਾਓ ਸ਼੍ਰੀਮਤੀ ਜੀ, ਉਸ ਨੌਜਵਾਨ ਨੇ ਆਪਣੀ ਥਾਂ 'ਤੇ ਪਾਸਾ ਪਰਤਦਿਆਂ ਕਿਹਾ। ਨਹੀਂ, ਤੁਹਾਡੀ ਬੜੀ ਮਿਹਰਬਾਨੀ, ਮੈਂ ਕਾਫੀ ਚਿਰ ਖਲੋ ਸਕਦੀ ਹਾਂ। ਇਸਤਰੀ ਲਈ ਖਲੋਣਾ ਠੀਕ ਨਹੀਂ, ਤੁਸੀਂ ਇਸ ਲਈ ਇੱਥੇ ਹੀ ਇੱਕ ਪਾਸੇ ਬੈਠ ਜਾਓ। ਉਸਨੇ ਦੁਬਾਰਾ ਸ਼ੁਕਰੀਆ ਕਿਹਾ। ਉਸਦੇ ਚਿਹਰੇ 'ਤੇ ਹਲਕੀ ਜਿਹੀ ਖੁਸ਼ੀ ਸੀ ਜਿਹੜੀ ਅਹਿਸਾਨ ਹੇਠ ਆਈ ਤਸੱਲੀ ਛੱਡ ਜਾਂਦੀ ਹੈ। ਇੱਕ ਲਾਲਾ ਬੜਾ ਕਸੂਤਾ ਬੈਠਾ ਸੀ। ਅਮੂਮਨ ਸੇਠ ਲਾਲੇ ਬਹਿੰਦੇ ਹੀ ਇਸ ਤਰ੍ਹਾਂ ਹਨ। ਸਿੱਖ ਦੇ ਸਾਊ ਵਤੀਰੇ ਨੇ ਉਸਦੇ ਖੁਦਗਰਜ਼ੀ ਦੇ ਅਹਿਸਾਨ ਨੂੰ ਸੱਟ ਮਾਰੀ। ਉਸਨੇ ਕੁਝ ਸ਼ਰਮ ਖਾਂਦਿਆਂ ਕਿਹਾ, ਆ ਜਾਓ ਸਰਦਾਰ ਜੀ, ਉਰੇ ਜਗ੍ਹਾ ਹੋਰ ਬਣਾ ਲੈਂਦੇ ਹਾਂ। ਉਹ ਠੀਕ ਹੋ ਕੇ ਬਹਿ ਗਿਆ। ਇੱਕ ਆਦਮੀ ਦੀ ਥਾਂ ਕੇਵਲ ਸਿੱਧੇ ਹੋ ਕੇ ਬਹਿਣ ਨਾਲ ਹੀ ਨਿਕਲ ਆਈ। ਨੌਜਵਾਨ ਨੇ ਬਹਿੰਦਿਆਂ ਬਹੁਤ ਮਿਹਰਬਾਨੀ ਕਿਹਾ। ਮਿਹਰਬਾਨੀ ਦੀ ਕਿਹੜੀ ਗੱਲ ਹੈ ਸਰਦਾਰ ਜੀ, ਦੋ ਘੜੀ ਦਾ ਮੇਲਾ ਹੈ। ਫੌਜੀ ਹਾਲੇ ਵੀ ਲੱਜਿਤ ਨਹੀਂ ਸੀ ਹੁੰਦਾ, ਸਗੋਂ ਬੁੱਲ ਟੁੱਕ ਰਿਹਾ ਸੀ। ਫੌਜੀ ਬਹੁਤ ਘੱਟ ਅਫਸੋਸ ਕਰਨਾ ਜਾਣਦੇ ਹਨ, ਆਪਣੀ ਹਾਰ ਨੂੰ ਵੀ ਜੇਤੂ ਦਲੀਲ ਵਿੱਚ ਮੰਨਦੇ ਹਨ। ਸਿੱਖ ਨੌਜਵਾਨ ਨੇ ਉਹ ਕੁੜੀ ਦੇ ਬਰਾਬਰ ਸੀਟਾਂ 'ਤੇ ਬੈਠੇ। ਦੋਹਾਂ ਦੇ ਚਿਹਰਿਆਂ 'ਤੇ ਸੁਥਰੀ ਤਹਿਜ਼ੀਬ ਦੇ ਸਿਆਣੇ ਚਿੰਨ੍ਹ ਸਨ। ਕੁੜੀ ਨੇ ਅਹਿਸਾਨ ਜਤਾਉਂਦਿਆਂ ਕਿਹਾ, ਭਰਾ ਜੀ ਮੈਂ ਤੁਹਾਡੀ ਬੜੀ ਮਸ਼ਹੂਰ ਹਾਂ। ਬੀਬੀ ਜੀ, ਛੋਟੀਆਂ ਛੋਟੀਆਂ ਗੱਲਾਂ ਦੇ ਅਹਿਸਾਨ ਨਹੀਂ ਜਿਤਾਉਣੇ ਚਾਹੀਦੇ, ਅਤੇ ਨਾ ਹੀ ਇੱਕ ਮਨੁੱਖ ਨੂੰ ਧੰਨਵਾਦ ਦੀ ਭੁੱਖ ਨਾਲ ਅਜਿਹਾ ਕੁਝ ਕਰਨਾ ਚਾਹੀਦਾ ਹੈ। ਨੌਜਵਾਨ ਨੇ ਜਵਾਬ ਦਿੱਤਾ, ਤੁਹਾਡੀਆਂ ਗੱਲਾਂ ਬੜੀਆਂ ਅਸਰ ਵਾਲੀਆਂ ਨੇ। ਕਿਸੇ ਮੱਠੀ ਚਰਚਾ ਨਾਲ ਸਾਡਾ ਸਫ਼ਰ ਵੀ ਸੁਆਦੀ ਮੁੱਕੇਗਾ। ਅਸਰ ਅਤੇ ਸਵਾਦ ਦੋ ਵੱਖ ਵੱਖ ਚੀਜ਼ਾਂ ਨਹੀਂ। ਅਸੀਂ ਬੋਲਦੇ ਹਾਂ, ਬੁੱਧੀ ਉਸ ਦੇ ਅਰਥ ਨੂੰ ਅਨੁਭਵ ਕਰਕੇ ਆਨੰਦ ਮਾਣਦੀ ਹੈ। ਸਾਗਰ ਦੀ ਲਹਿਰ 'ਤੇ ਡਿੱਗੀ ਸੂਰਜ ਰਿਸ਼ਮ ਵਾਂਗ ਕੁੜੀ ਦਾ ਮੁੱਖ ਖੁਸ਼ੀ ਨਾਲ ਥੋੜ੍ਹਾ ਜਿਹਾ ਚਮਕਿਆ। ਉਹ ਆਪਣੇ ਆਪ ਨੂੰ ਉਸ ਦੇ ਰਸੀਲੇ ਸ਼ਬਦਾਂ ਨਾਲ ਪ੍ਰਸੰਨ ਮਹਿਸੂਸ ਕਰ ਰਹੀ ਸੀ ਅਤੇ ਨਹੀਂ ਜਾਣਦੀ ਸੀ ਕਿ ਖੁਸ਼ੀ ਉਸ ਦੇ ਹੀ ਅੰਦਰੋਂ ਉੱਠ ਕੇ ਚਿਹਰੇ 'ਤੇ ਨੱਚ ਰਹੀ ਹੈ। ਤੁਸੀਂ ਕਿੱਥੇ ਜਾ ਰਹੇ ਹੋ ਭਰਾ ਜੀ, ਉਸਨੇ ਕਾਹਲਿਆਂ ਪੁੱਛਿਆ। ਮੈਂ ਉਕਾੜੇ ਉੱਤਰ ਜਾਣਾ, ਨੌਜਵਾਨ ਨੇ ਸੁਭਾਵਕ ਕਿਹਾ। ਤਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ, ਮੈਂ ਵੀ ਉਕਾੜੇ ਹੀ ਜਾਣਾ। ਖਾਸ ਉਕਾੜੇ ਜਾਂ ਅੱਗੇ ਕਿਸੇ ਪਿੰਡ 'ਚ? ਮੈਂ ਕਿਸ਼ਨ ਸਿੰਘ ਰਸਾਲਦਾਰ ਦੇ ਚੱਕ ਜਾਣਾ ਹੈ, ਸਟੇਸ਼ਨ ਤੋਂ ਕੋਈ 1.5 ਮੀਲ 'ਤੇ ਹੈ। ਫਿਰ ਤਾਂ ਮੈਨੂੰ ਵੀ ਤੁਹਾਡੇ ਪਿੰਡ ਦਾ ਵਸਨੀਕ ਹੋਣ ਦਾ ਮਾਣ ਹੈ। ਮੈਂ ਰਸਾਲਦਾਰ ਕਿਸ਼ਨ ਸਿੰਘ ਦੀ ਲੜਕੀ ਹਾਂ, ਮੇਰਾ ਨਾਂ ਦਲੀਪ ਕੌਰ ਹੈ ਅਤੇ ਹੁਣ ਮੈਂ ਆਪਣੇ ਨਾਨਕਿਆਂ ਤੋਂ ਆ ਰਹੀ ਹਾਂ। ਕੀ ਮੈਂ ਤੁਹਾਡਾ ਸ਼ੁਭ ਨਾਮ ਸੁਣ ਸਕਦੀ ਹਾਂ? ਦਲੀਪ ਨੇ ਆਪਣੇ ਸੰਖੇਪ ਵਾਕਫੀ ਕਰਾਉਂਦਿਆਂ ਕਿਹਾ, ਜ਼ਰੂਰ, ਮੇਰਾ ਨਾਂ ਕੰਵਰ ਸਿੰਘ ਹੈ, ਤੁਹਾਡੇ ਸਿਆਣੇ ਪਿਤਾ ਮੇਰੇ ਬੜੇ ਪਿਆਰੇ ਮਿੱਤਰ ਹਨ। ਮੈਂ ਤੁਹਾਨੂੰ ਕਿਉਂ ਨਹੀਂ ਜਾਣਦੀ? ਇਸ ਦੀ ਖਾਸ ਵਜ੍ਹਾ, ਮੇਰੇ ਪਿਤਾ ਜਮਾਂਦਾਰ ਦੀ ਹੈਸੀਅਤ 'ਚ ਪਿਛਲੀ ਲੜਾਈ 'ਚ ਫਰਾਂਸ 'ਚ ਮਾਰੇ ਗਏ ਸਨ। 2 ਮੁਰੱਬੇ ਅਤੇ 15 ਰੁਪਏ ਮੇਰੀ ਮਾਤਾ ਨੂੰ ਪੈਨਸ਼ਨ ਲੱਗੀ ਸੀ ਅਤੇ ਮੇਰੀ ਤਾਲੀਮ ਮੁਫਤ। ਹੁਣ ਤੱਕ ਅਸੀਂ ਆਪਣੇ ਪਿਛਲੇ ਪਿੰਡ ਲੁਧਿਆਣੇ 'ਚ ਹੀ ਰਹੇ ਹਾਂ ਅਤੇ 6 ਮਹੀਨੇ ਤੋਂ ਹੀ ਤੁਹਾਡੇ ਪਿੰਡ ਆ ਕੇ ਰਹਿ ਰਹੇ ਹਾਂ। ਕੰਵਰ ਨੇ ਆਪਣਾ ਆਪ ਦਰਸਾਇਆ, ਬੜੀ ਸੋਹਣੀ ਗੱਲ ਹੈ, ਸਾਡਾ ਕੱਚਾ ਸਫ਼ਰ ਵੀ ਬੜਾ ਚੰਗਾ ਖਤਮ ਹੋਵੇਗਾ। ਚੰਗੀ ਜਾਂ ਬੁਰੀ ਭਾਵਨਾ ਸਾਡੀ ਇੱਛਾ ਸ਼ਕਤੀ 'ਤੇ ਭਾਰੂ ਹੈ ਜਾਂ ਜੀਵਨ ਇੱਛਾ ਸ਼ਕਤੀ ਦੇ ਅਧੀਨ? ਜੀਵਨ ਕਿਉਂ ਕਿਸੇ ਦਾ ਗੁਲਾਮ ਹੋਵੇ, ਕਿਉਂ ਨਾ ਪਾਣੀ ਵਾਂਗ ਬੇਪਰਵਾਹ ਵਰਦਾ ਰਹੇ? ਹੋਣਾ ਜ਼ਰੂਰ ਬੇਪਰਵਾਹ ਚਾਹੀਦਾ, ਪਰ ਅਸੀਂ ਮਨ ਦੀ ਇੱਛਾ ਨੂੰ ਕਤਲ ਨਹੀਂ ਕਰ ਸਕਦੇ। ਜੀਵਨ ਕਿਹੋ ਜਿਹਾ ਹੋਣਾ ਚਾਹੀਦਾ? ਦਲੀਪ ਨੇ ਕੁਝ ਮਹਿਸੂਸ ਕਰਦਿਆਂ ਕਿਹਾ, ਇਹ ਕੁਦਰਤੀ ਹੈ, ਜੀਵਨ ਮਨੁੱਖ ਦੀ ਆਪਣੀ ਕਲਪਨਾ ਵਰਗਾ ਹੀ ਹੁੰਦਾ। ਮੈਂ ਇਸ ਤੋਂ ਬਹੁਤਾ ਕੀ ਕਹਿ ਸਕਦਾ ਹਾਂ ਕਿ ਆਦਮੀ ਆਪਣੀ ਖੁਸ਼ੀ 'ਤੇ ਨਰੋਆ ਮਾਣ ਕਰ ਸਕੇ। ਸ਼ਾਇਦ ਸਟੇਸ਼ਨ ਆ ਗਿਆ, ਕਿਉਂਕਿ ਗੱਡੀ ਹੌਲੀ ਹੋ ਰਹੀ ਹੈ, ਦਲੀਪ ਨੇ ਆਪਣੇ ਸੂਟਕੇਸ ਵੱਲ ਵੇਂਦਿਆਂ ਕਿਹਾ।
ਕੜਚ ਕੜਚ ਕਰਦੀ ਗੱਡੀ ਲਾਈਨ ਬਦਲ ਰਹੀ ਸੀ ਤੇ ਦੂਜੇ ਹੀ ਪਲ ਉਹ ਓਕਾੜੇ ਦੇ ਸਟੇਸ਼ਨ ਤੇ ਆ ਖਲੋਤੀ। ਗੱਡੀ ਨੇ ਖਲੋਂਦਿਆਂ ਸਾਰ ਹੀ ਚੀਕ ਮਾਰ ਦਿੱਤੀ। ਦਲੀਪ ਕਾਲੀ ਨਾਲ ਉੱਠੀ ਪਰ ਗੱਡੀ ਦੇ ਧੱਕੇ ਨਾਲ ਕੰਵਰ ਉੱਤੇ ਹੀ ਡਿੱਗ ਪਈ। ਉਸਨੇ ਹੱਸਦਿਆਂ ਕੰਵਰ ਨੂੰ ਮਾਫ ਕਰਨਾ ਕਿਹਾ। ਕੰਵਰ ਨੇ ਉਸਦੇ ਹੱਥੋਂ ਸੂਟਕੇਸ ਫੜ ਲਿਆ। ਦਲੀਪ ਆਪ ਚੁੱਕਣਾ ਚਾਹੁੰਦੀ ਸੀ ਪਰ ਕੰਵਰ ਨੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਪਹਿਲੋਂ ਥੱਲੇ ਉਤਰੋ। ਉਤਰਦੀ ਹੋਈ ਦਲੀਪ ਨੇ ਫੌਜੀ ਵੱਲ ਵੇਖਿਆ। ਉਸਦੇ ਮੂੰਹ ਤੇ ਅਜੇ ਵੀ ਖਿਮਾਹੀਣ ਕੂਰੀ ਸੀ। ਕੰਵਰ ਨੇ ਲਾਲੇ ਹੋਰਾਂ ਤੇ ਦੂਜੇ ਸਾਥੀਆਂ ਤੋਂ ਮਾਫ਼ੀ ਮੰਗਦਿਆਂ ਵਿਦਾ ਲਈ। ਪਲੇਟਫਾਰਮ 'ਤੇ ਉਤਰ ਕੇ ਫੌਜੀ ਸਿੱਖ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰ ਉਸਨੇ ਮੂੰਹ ਦੂਜੇ ਬੰਨੇ ਕਰ ਲਿਆ। ਕੰਵਰ ਨੇ ਜਾਣ ਲਿਆ ਕਿ ਫੌਜੀ ਜਿੱਦੀ ਸਲੀਕੇ ਦਾ ਹੀ ਹੈ। ਜਿੰਨੀਆਂ ਕੁ ਸਵਾਰੀਆਂ ਲੱਥੀਆਂ ਓਨੀਆਂ ਕੁ ਚੜ੍ਹ ਗਈਆਂ। ਕਈਆਂ ਦੀਆਂ ਅੱਖਾਂ 'ਚ ਵਿਛੋੜੇ ਦੇ ਹੰਝੂ ਸਨ। ਕਈ ਨਵੇਂ ਮਿਲਿਆਂ ਦੇ ਚਾਅ ਬਹਾਰਾਂ ਅਤੇ ਫੁੱਲਾਂ ਵਾਂਗ ਖਿੜੇ ਹੋਏ ਸਨ। ਪਲੇਟਫਾਰਮ 'ਤੇ ਕਿਸੇ ਨੂੰ ਕਿਸੇ ਦੀ ਬਹੁਤ ਘੱਟ ਪਰਵਾਹ ਹੁੰਦੀ ਹੈ। ਇੱਕ ਕਾਲੀ ਜਾ ਰਹੇ ਜਾਂਗਲੀ ਮੁਸਲਮਾਨ ਦਾ ਮੋਢਾ ਦਲੀਪ 'ਚ ਵੱਜਾ। ਦਲੀਪ ਉਸਨੂੰ ਕੌੜਾ ਫਿੱਕਾ ਕਹਿਣ ਹੀ ਵਾਲੀ ਸੀ ਕਿ ਕੰਵਰ ਦੇ ਹਿਲਦੇ ਸਿਰ ਨੇ ਰੋਕ ਦਿੱਤਾ। ਜੇ ਕਿਸੇ ਪਾਸੋਂ ਗਲਤੀ ਹੋ ਜਾਵੇ ਤਾਂ ਖਿਮਾ ਕਰੋ। ਕੁਪਚਨ ਆਖ ਕੇ ਉਸ ਦੇ ਦਿਲ ਵਿੱਚ ਆਪਣੀ ਬਾਬਤ ਨਫ਼ਰਤ ਨੂੰ ਥਾਂ ਨਾ ਦਿਓ, ਸਗੋਂ ਨੇਕੀ ਭਰੇ ਵਤੀਰੇ ਨਾਲ ਉਸਨੂੰ ਆਪਣਾ ਬਣਾਉਣਾ ਚਾਹੀਦਾ ਹੈ। ਦਲੀਪ ਨੇ ਮੁਸਕਰਾਉਂਦਿਆਂ ਕਿਹਾ, ਮੈਂ ਅੱਜ ਬੜੀਆਂ ਗਲਤੀਆਂ ਕੀਤੀਆਂ ਹਨ ਪਰ ਕਈ ਨਵੀਆਂ ਗੱਲਾਂ ਵੀ ਸਿੱਖੀਆਂ ਨੇ। ਗਲਤੀਆਂ ਸਿਆਣਪ ਦੀ ਖੋਜ 'ਚ ਆਪ ਫਨਾਹ ਕਰ ਦਿੰਦੀਆਂ ਨੇ ਅਤੇ ਨਵੀਂ ਖੁਸ਼ੀ ਆਸ਼ੀਰਵਾਦ ਹੁੰਦੀਆਂ ਨੇ। ਦੋਵੇਂ ਟਿਕਟਾਂ ਫੜਾ ਸਟੇਸ਼ਨ ਤੋਂ ਆਪਣੇ ਪਿੰਡ ਵੱਲ ਤੁਰ ਪਏ। ਦਲੀਪ ਨੇ ਆਪਣਾ ਸੂਟਕੇਸ ਚੁੱਕਣ ਲਈ ਕੰਵਰ ਨੂੰ ਬਥੇਰਾ ਕਿਹਾ ਪਰ ਉਹ ਨਾ ਮੰਨਿਆ ਅਤੇ ਸਗੋਂ ਆਖਣ ਲੱਗਾ, ਆਦਮੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਸਤਰੀ ਭਾਰ ਚੁੱਕੀ ਨਾਲ ਜਾ ਰਹੀ ਹੋਵੇ। ਪਹੀਆ ਛੱਡ ਕੇ ਹੁਣ ਉਹ ਦੋਵੇਂ ਇੱਕ ਡੰਡੀ 'ਤੇ ਪੈ ਗਏ। ਖੇਤ ਬਿਲਕੁਲ ਗਰੀਬ ਦੀ ਜ਼ਿੰਦਗੀ ਵਾਂਗ ਰੁੱਖੇ ਸਨ। ਕਿਤੇ ਕਿਤੇ ਵੱਟਾਂ ਦਾ ਘਾਹ ਵਿਉਂਗਣ ਦੀਆਂ ਆਸਾਂ ਹਰੀਆਂ ਭਰੀਆਂ ਮਾਰ ਰਿਹਾ ਸੀ। ਉੱਪਰੋਂ ਥਲੀ ਦੋ ਖਾਲ ਟੱਪਣ ਨਾਲ ਦਲੀਪ ਦਾ ਸਾਹ ਕਾਲਾ ਪੈ ਗਿਆ ਅਤੇ ਉਸਦਾ ਉਭਾਰ ਪਾਣੀ 'ਚ ਡਿੱਗੀ ਹੋਈ ਗੇਂਦ ਵਾਂਗ ਉਤਾਂ ਥਾਂ ਹੋ ਗਿਆ। ਕੰਵਰ ਦੀ ਸੰਸਾਰਨ ਨਜ਼ਰ ਨੇ ਇਸ ਦ੍ਰਿਸ਼ ਨੂੰ ਵੇਂਦਿਆਂ ਕਿਹਾ, ਜ਼ਿੰਦਗੀ 'ਚ ਆਈਆਂ ਮੁਸ਼ਕਿਲਾਂ ਮਨੁੱਖ ਨੂੰ ਹੌਸਲੇ ਨਾਲ ਜਰਨੀਆਂ ਚਾਹੀਦੀਆਂ ਨੇ। ਪਰ ਕੰਵਰ ਜੀ, ਜੇ ਕਿਸੇ ਦੇ ਸਿਰ ਤੋਂ ਹੀ ਪਾਣੀ ਵਗ ਜਾਵੇ, ਉਸ ਵੇਲੇ ਘਬਰਾ ਜਾਣਾ ਸਿਵਾਏ ਜ਼ਿੰਦਗੀ ਨੂੰ ਹੋਰ ਥਕਾਣ ਅਤੇ ਮਾਯੂਸ ਕਰਨ ਦੇ ਕੁਝ ਨਾ ਹੋਵੇਗਾ। ਇਸ ਦੇ ਉਲਟ ਲੰਮਾ ਵਿਸ਼ਵਾਸ ਆਦਮੀ ਨੂੰ ਕਿਸੇ ਮੰਜ਼ਿਲ 'ਤੇ ਪਹੁੰਚਾ ਦਿੰਦਾ ਹੈ। ਉਹ ਪਿੰਡ ਦੀ ਨਿਆਈ 'ਚ ਆ ਗਏ। ਕੰਵਰ ਨੇ ਸੂਟਕੇਸ ਘਰ ਪਹੁੰਚਾਉਣ ਦੀ ਬੇਨਤੀ ਕੀਤੀ ਪਰ ਦਲੀਪ ਨੇ ਸੂਟਕੇਸ ਫੜਦਿਆਂ ਕਿਹਾ, ਅੱਜ ਤੁਹਾਨੂੰ ਮੇਰੇ ਕਾਰਨ ਬੜੀ ਤਕਲੀਫ ਹੋਈ, ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਕੰਵਰ ਨੇ ਸਤਿਕਾਰ ਨਾਲ ਸੂਟਕੇਸ ਫੜਾ ਦਿੱਤਾ। ਫਿਰ ਦੋਹਾਂ ਨੇ ਇਕੱਠਿਆਂ ਹੀ ਸਤਿ ਸ਼੍ਰੀ ਅਕਾਲ ਕਹੀ ਅਤੇ ਵੱਖ ਵੱਖ ਪਾਸੇ ਮੁੜ ਗਏ। ਇਸ ਪਾਠ 'ਚ ਨਹੀਂ ਮਿਲਦੇ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ।